ਨਮਸਕਾਰ ਦੋਸਤੋ ਅੱਜ ਮੈਂ ਤੁਹਾਡੇ ਨਾਲ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਕਿ ਜਦੋਂ ਮੁੰਡੇ ਦਾ ਵਿਆਹ ਹੁੰਦਾ ਹੈ ਉਹਦੇ ਹੱਥ ਦੇ ਵਿੱਚ ਕਿਰਪਾਨ ਫੜਾਈ ਜਾਂਦੀ ਹੈ ਕਿਰਪਾਨ ਦਿੱਤੀ ਜਾਂਦੀ ਹੈ ਇੱਕ ਸਰਵਾਲਾ ਬਣਾਇਆ ਜਾਂਦਾ ਹੈ ਮਿਲਣੀ ਕਰਵਾਈ ਜਾਂਦੀ ਹੈ ਤੇ ਜਦੋਂ ਬਰਾਤ ਉਕਦੀ ਆ ਜਾਂ ਕੁੜੀ ਆਉਂਦੀ ਆ ਤਾਂ ਕੋਲੇ ਦੇ ਉੱਤੇ ਤੇਲ ਪਾਇਆ ਜਾਂਦਾ ਹੈ ਚਾਹੇ ਹੋਰ ਅਸਤੇ ਨੇ ਬਹੁਤ ਸਾਰੀਆਂ ਰਵਾਇਤਾਂ ਜਿਹੜੇ ਕੀਤੀਆਂ ਜਾਂਦੀਆਂ ਨੇ ਇਹ ਰਵਾਇਤਾਂ ਕਿਉਂ ਕੀਤੀਆਂ ਜਾਂਦੀਆਂ ਨੇ ਇਹਦੇ ਪਿੱਛੇ ਕਾਰਨ ਕੀ ਹੈਗਾ ਅੱਜ ਵੀ ਅਸੀਂ ਕਰ ਰਹੇ ਹਾਂ ਤੇ ਸਦੀਆਂ ਪਹਿਲਾਂ ਵੀ ਹੁੰਦਾ ਸੀ ਇਹ ਹੁਣ ਜੇ ਇਸ ਬਾਰੇ ਕਿਸੇ ਨੂੰ ਅਸੀਂ ਪੁੱਛੀਏ ਪੜਤਾਲ ਕਰੀਏ ਤਾਂ ਸ਼ਾਇਦ ਕੋਈ ਵਿਅਕਤੀ ਹੀ ਜਵਾਬ ਦੇ ਸਕੇ ਲੇਕਿਨ ਹਰੇਕ ਕੋਲ ਇਸ ਤਰ੍ਹਾਂ ਦਾ ਜਵਾਬ ਨਹੀਂ ਵੀ ਇਹ ਕਿਉਂ ਕੀਤਾ ਜਾਂਦਾ ਸੀ ਤੇ ਪੁਰਾਣੀਆਂ ਰਵਾਇਤਾਂ ਉਸ ਸਮੇਂ ਦੀ ਲੋੜ ਸੀ ਉਸ ਸਮੇਂ ਦੇ ਵਿੱਚ ਤੇ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਹੈਗਾ ਉਹਨਾਂ ਦੀ ਲੋੜ ਵੀ ਖਤਮ ਹੁੰਦੀ ਜਾਂਦੀ ਹੈ ਪਰ ਉਹ ਕਈ ਵਾਰੀ ਅਸੀਂ ਆਪਣੇ ਸੱਭਿਆਚਾਰਕ ਤੌਰ ਦੇ ਉੱਤੇ ਆਪਣੇ ਪਰੰਪਰਾ ਤੌਰ ਦੇ ਉੱਤੇ ਜੇ ਆਪਣੇ ਬਜ਼ੁਰਗਾਂ ਦੀ ਜਿਹੜੀ ਚੱਲੀ ਰੀਤ ਦੇ ਤੌਰ ਦੇ ਤੇ ਅਸੀਂ ਮਨਾਉਦੇ ਜੰਨੇ ਆ ਤੇ ਉਹ ਮਨਾਉਣ ਦੇ ਵਿੱਚ ਦਿੱਕਤ ਕੋਈ ਨਹੀਂ ਗਈ ਲੇਕਿਨ ਕਈ ਵਾਰੀ ਜਦੋਂ ਉਹ ਰਵਾਇਤਾਂ ਜਿਹੜੀਆਂ ਹੈਗੀਆਂ ਜਾਂ ਉਹ ਲੋੜਾਂ ਸੀ ਸਾਡੇ ਬਜ਼ੁਰਗਾਂ ਦੀਆਂ ਜਦੋਂ ਅੰਧਵਿਸ਼ਵਾਸ ਦਾ ਰੂਪ اختیار ਕਰ ਲੈਂਦੀਆਂ ਨੇ ਜਾਂ ਫਿਰ ਉਹ ਰਵਾਇਤਾਂ ਜਿਹੜੀਆਂ ਅੱਜ ਦੇ ਜਿਹ ਅੱਜ ਦੀ ਗੱਲ ਕਰੀਏ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਉਹ ਜਿਹੜੀਆਂ ਰਵਾਇਤਾਂ ਜਿਹੜੀਆਂ ਵਿਆਹ ਸ਼ਾਦੀਆਂ ਰਸਮਾਂ ਰਿਵਾਜ ਨੇ ਹੈਗੇ ਆ ਉਹ ਲੋਕਾਂ ਦੇ ਬਹੁਤ ਜ਼ਿਆਦਾ ਭਾਰੀ ਪੈ ਗਏ ਪਰ ਉਹਦੋਂ ਇਦਾਂ ਨਹੀਂ ਸੀ ਹੁੰਦਾ ਹੁਣ ਇਹਨਾਂ ਦੇ ਪਿੱਛੇ ਕਾਰਨ ਕੀ ਹੁੰਦੇ ਸੀ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਬਰਾਤ ਚੜਦੀ ਹੈ ਬਰਾਤੁਰਦੀ ਹੈ ਤਾਂ ਜਿਹੜਾ ਨਾੜਾ ਹੈਗਾ ਉਹਦੇ ਹੱਥ ਦੇ ਵਿੱਚ ਕਿਰਪਾਨ ਦਿੱਤੀ ਜਾਂਦੀ ਹੈ ਤੇ ਕਿਰਪਾਨ ਉਹਦੇ ਵੀ ਦਿੱਤੀ ਜਾਂਦੀ ਸੀ ਉਸ ਸਮੇਂ ਦੇ ਵਿੱਚ ਸਾਡੇ ਬੜ ਬਡੇਰਿਆਂ ਦੇ ਸਮੇਂ ਦੇ ਵਿੱਚ ਬਜ਼ੁਰਗਾਂ ਦੇ ਸਮੇਂ ਦੇ ਵਿੱਚ ਸਦੀਆਂ ਪਹਿਲਾਂ ਅੱਜ ਵਾਂਗੂ ਡਿਵੈਲਪਮੈਂਟ ਨਹੀਂ ਹੁੰਦੀ ਸੀ ਦੂਰ ਦੂਰ ਤੱਕ ਆਬਾਦੀ ਹੋਣੀ ਬਹੁਤ ਘੱਟ ਆਬਾਦੀ ਸੀ ਕਿ ਦੂਰ ਦੂਰ ਤੱਕ ਪਿੰਡ ਹੋਣੇ ਔਰ ਉਸ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹਨੇ ਰਿਸ਼ਤੇ ਹੁੰਦੇ ਸੀਗੇ ਉਹ ਅੱਜ ਵਾਂਗੂ ਨਹੀਂ ਹੁੰਦੇ ਸੀਗੇ। ਉਹ ਤੋਂ ਪਿੰਡ ਦਾ ਇੱਕ ਸਾਂਝਾ ਲਾਗੀ ਹੁੰਦਾ ਸੀ ਸਾਰੇ ਪਿੰਡ ਦਾ ਤੇ ਹਰੇਕ ਪਿੰਡ ਦੇ ਵਿੱਚ ਹੁੰਦਾ ਸੀਗਾ। ਉਹ ਸਾਂਝਾ ਜਿਹੜਾ ਲਾਗੀ ਹੁੰਦਾ ਸੀਗਾ ਉਹ ਲਾਗੀ ਹੀ ਰਿਸ਼ਤੇ ਤੈਕਰਦਾ ਹੁੰਦਾ ਸੀ। ਉਹਨੂੰ ਸਾਰੀ ਜਾਣਕਾਰੀ ਹੁੰਦੀ ਸੀਗੀ ਆਲੇ ਦੁਆਲੇ ਬਾਰੇ। ਤਾਂ ਕਿਸੇ ਦਾ ਮੁੰਡਾ ਜਵਾਨ ਹੈ ਕਿਸੇ ਦੀ ਕੁੜੀ ਜਵਾਨ ਹੈ ਉਹ ਲਾਗੀ ਨੂੰ ਜਾ ਕੇ ਕਹਿੰਦਾ ਸੀਗਾ ਤੇ ਪਈ ਆਪਣੇ ਕੁੜੀ ਜਵਾਨਾ ਆਪਣਾ ਮੁੰਡਾ ਜਵਾਨਾ ਮੁੰਡੇ ਦਾ ਜਾਂ ਕੁੜੀ ਦਾ ਆਪਾਂ ਰਿਸ਼ਤਾ ਕਰਨਾ ਹੈਗਾ ਤਾਂ ਉਹਨੂੰ 1 ਰੁਪਿਆ ਦਿੰਦੇ ਹੁੰਦੇ ਸੀ ਆ 1 ਰੁਪਿਆ ਹੈਗਾ ਤੂੰ ਜਾ ਕੇ ਰਿਸ਼ਤਾ ਕਰਿਆ ਰੋਕ ਕਰਿਆ ਕਿਤੇ ਵੀ ਜਾ ਕੇ ਤੇ ਰਿਸ਼ਤਾ ਉਹ ਲਾਗੀ ਕਰਕੇ ਉਹਨੂੰ ਹੁੰਦਾ ਸੀ ਫਿਰ ਉਹਨੇ ਜਾਣਾ ਕਿਸੇ ਵੀ ਜਿੱਥੇ ਉਹਦੀ ਉਹਨੂੰ ਪਤਾ ਹੋਣਾ ਕਿ ਫਲਾਣੇ ਦਾ ਭਾਈ ਮੁੰਡਾ ਹੈਗਾ ਜਾਂ ਫਲਾਣੇ ਦਾ ਕੁੜੀ ਹੈਗੀ ਆ ਤਾਂ ਉਹ ਉਥੇ ਪਿੰਡ ਜਾਂਦਾ ਜਾ ਕੇ ਗੱਲਬਾਤ ਕਰਦਾ ਤੇ ਸਾਰੀ ਗੱਲਬਾਤ ਕਰਨ ਤੋਂ ਬਾਅਦ ਫਿਰ ਉਹ ਜਿਹੜਾ ਸੀਗਾ ਉਹ ਉਥੇ ਉਹ 1 ਰੁਪਿਆ ਜਿਹੜਾ ਸੀਗਾ ਉਹ ਰੋਕ ਕਰਿਆ ਹੁੰਦਾ ਸੀ ਉਹਨੂੰ ਰੋਕ ਕਹਿੰਦੇ ਸੀਗੇ। 1 ਰੁਪਿਆ ਜਿ ਸ਼ਗਨ ਬਣ ਗਿਆ ਉਹਨੂੰ ਰੋਕ ਕਹਿੰਦੇ ਹੁੰਦੇ ਸੀਗੇ। ਅੱਜ ਪੰਜਾਬੀ ਦੇ ਵਿੱਚ ਨਾ ਇੱਕ ਆਪਾਂ ਪੰਜਾਬੀ ਦੇ ਵਿੱਚ ਬੈਸੀ ਕਿਸੇ ਨੂੰ ਕਾਲ ਵੀ ਕਰਦੇ ਨੇ ਵੀ ਤੂੰ ਵੀ ਯਾਰ ਰੁਪਿਆ ਬਣਾਉਣਾ ਮੈਨੂੰ। ਉਹ ਰੁਪਿਆ ਉਸ ਸਮੇਂ ਦੇ ਚ ਹੁੰਦਾ ਸੀ ਉਹ ਰੁਪਿਆ ਇੱਕ ਸ਼ਗਨ ਹੁੰਦਾ ਸੀ ਕਿ ਰੋਕ ਹੁੰਦੀ ਸੀ। ਚਲੋ ਲਾਗੀ ਰਿਸ਼ਤਾ ਕਰਕੇ ਆ ਜਾਂਦਾ ਰੋਕ ਕਰਕੇ ਆ ਜਾਂਦਾ ਆ ਕੇ ਦੱਸ ਦਿੰਦਾ ਵੀ ਭਾਈ ਆ ਤੁਹਾਡੇ ਫਲਾਣੇ ਫਲਾਣੀ ਜਗ੍ਹਾ ਦੇ ਫਲਾਣੇ ਪਿੰਡ ਦੇ ਵਿੱਚ ਤੁਹਾਡੀ ਕੁੜੀ ਦਾ ਜਾਂ ਤੁਹਾਡੇ ਮੁੰਡੇ ਦਾ ਰਿਸ਼ਤਾ ਮੈਂ ਕਰਿਆ ਰੋਕ ਰਿਆ ਤੇ ਫਰਾਨੇ ਦਿਨੋਂ ਤੁਸੀਂ ਬਰਾਤ ਲੈ ਕੇ ਆਜੋ ਉਹ ਬਰਾਤ ਲੈ ਕੇ ਚਲੇ ਜਾਂਦੇ ਸੀ ਹੁਣ ਜਦੋਂ ਬਰਾਤ ਚਲਦੀ ਸੀਗੀ ਤਾਂ ਲਾੜੇ ਦੇ ਹੱਥ ਜਿਹੜੀ ਕਰਪਾਣ ਫੜਾਈ ਜਾਂਦੀ ਸੀਗਾ ਉਹਦਾ ਕਰ ਰਹੇ ਹੁੰਦਾ ਸੀਗਾ ਕਿ ਉਦੋਂ ਬਰਾਤਾਂ ਜਾਂਦੀਆਂ ਉਠਾਂ ਘੋੜਿਆਂ ਤੇ ਗੱਡਿਆਂ ਤੇ ਬਲਦਾਂ ਦੇ ਗੱਡੇ ਹੁੰਦੇ ਬਲਦਾਂ ਦੇ ਗੱਡਿਆਂ ਦੇ ਬਰਾਤਾਂ ਜਾਂਦੀਆਂ ਤਾਂ ਉਦੋਂ ਸਾਰਾ ਸਾਰਾ ਦਿਨ ਜਾਂ ਦੋ-ਦੋ ਦਿਨ ਲੱਗ ਜਾਂਦਾ ਉਹਦੇ ਸਫ਼ਰ ਕਰਦਿਆਂ ਨੂੰ ਕਿ ਐਨੇ ਦੂਰ ਹੁੰਦਾ ਸੀ ਉਹ ਕੱਚੇ ਰਹਾਾਂ ਦੇ ਵਿੱਚ ਤਾਂ ਜਦੋਂ ਬਰਾਤਾਂ ਜਾਂਦੇ ਆ ਤਾਂ ਬਰਾਤਾਂ ਨੂੰ ਰਾਹ ਦੇ ਵਿੱਚ ਉਹ ਤੋਂ ਜਿਹੜੇ ਡਾਕੂ ਹੁੰਦੇ ਸੀ ਲੁਟੇਰੇ ਹੁੰਦੇ ਸੀ ਲੁੱਟ ਲੈਂਦੇ ਸੀ ਤਾਂ ਉਸ ਚ ਡਾਕੂ ਲੁਟੇਰਾਂ ਨਾਲ ਮੁਕਾਬਲਾ ਕਰਨ ਵਾਸਤੇ ਮੁੰਡੇ ਦੇ ਹੱਥ ਤਲਵਾਰ ਦਿੱਤੀ ਜਾਂਦੀ ਨਹੀਂ ਬਲਕਿ ਉਹਦੇ ਨਾਲ ਬਰਾਤੀ ਵੀ ਜਾਂਦੇ ਹੁੰਦੇ ਸੀ ਉਹ ਵੀ ਉਸ ਸਮੇਂ ਦੇ ਜਿਹੜੇ ਹਥਿਆਰ ਹੁੰਦੇ ਸੀਗੇ ਉਹ ਤੋਂ ਟੋਕੇ ਛਵੀਆਂ ਕਹਿੰਦੇ ਹੁੰਦੇ ਸੀਗੇ ਟੋਕੇ ਛਵੀਆਂ ਉਹ ਗੰਡਾਸੇ ਕਰਪਾ ਤੇ ਹੋਰ ਕੁਝ ਬਣ ਗਿਆ ਉਹ ਤਾਂ ਉਹ ਨਾਲ ਲੈ ਕੇ ਚੱਲਦੇ ਹੁੰਦੇ ਸੀ ਜੇਕਰ ਰਾਹ ਕੋਈ ਜਿਹੜਾ ਡਾਕੂ ਟੱਕਰ ਗਏ ਲੋਟਰੀ ਟੱਕਰ ਕੇ ਤਾਂ ਮੁਕਾਬਲਾ ਕਰਾਂਗੇ ਉਹਦੇ ਨਾਲ ਹੀ ਹੁੰਦਾ ਸੀਗਾ ਵੀ ਜਦੋਂ ਜੇ ਮੰਨ ਲਓ ਰਾਜ ਢੱਕੂਆ ਨਾਲ ਲੋਟਰੀ ਦਾ ਮੁਕਾਬਲਾ ਹੋ ਗਿਆ ਤਾਂ ਜਿਹੜੀ ਕੁੜੀ ਨੂੰ ਵਿਆਹ ਚੱਲਿਆ ਜਾਂ ਕੁੜੀ ਨੂੰ ਵਿਆਹ ਕੇ ਲੈ ਕੇ ਆ ਰਹੇ ਆ ਉਹ ਉਹਦੇ ਦੌਰਾਨ ਮੁਕਾਬਲੇ ਦੇ ਦੌਰਾਨ ਜਿਹੜਾ ਲਾੜਾ ਹੈਗਾ ਕੁੜੀ ਨੂੰ ਵਿਆਹ ਕੇ ਲੈ ਜਾ ਕੁੜੀ ਨੂੰ ਵਿਆਹ ਚੱਲਿਆਗਾ ਜੇਕਰ ਉਹਦੇ ਨਾਲ ਕੁਝ ਵਾਪਰ ਮਾੜੀ ਘਟਨਾ ਵਾਪਰ ਜਾਂਦੀ ਹੈ ਯਾਨੀ ਕਿ ਸਾਬਕਾ ਲੋਕੀ ਮੌਧੀ ਮੌਤ ਹੋ ਜਾਂਦੀ ਹੈ ਤਾਂ ਪਰ ਉਸ ਕੁੜੀ ਦਾ ਕੀ ਬਣੂਗਾ ਇਹ ਸਾਡੇ ਬਜ਼ੁਰਗਾਂ ਦੀ ਇੱਕ ਬਹੁਤ ਵੱਡੀ ਦੂਰ ਅੰਦੇਸ਼ੀ ਸੀ ਬਹੁਤ ਵੱਡੀ ਸਮਝ ਸੀ ਇਹ ਉਸ ਕੁੜੀ ਦਾ ਕੀ ਬਣੂਗਾ ਤਾਂ ਫਿਰ ਉਸ ਕੁੜੀ ਨੂੰ ਜਿਹੜਾ ਸੀ ਜਿਹੜਾ ਉਹ ਸਰਵੱਲਾ ਬਣਾ ਜਾਂਦੇ ਸੀ ਸਰਵੱਲਾ ਸਿਰ ਵਾਲਾ ਜੇ ਸਰਦਾ ਸਾਈਂ ਤਾਂ ਉਹ ਕੁੜੀ ਜਿਹੜੀ ਸੀ ਉਹ ਕੁੜੀ ਸਰਵੱਲੇ ਦੇ ਲੜ ਲਾ ਦਿੱਤੀ ਜਾਂਦੀ ਸੀ ਇਹਦੇ ਲੜ ਲਈ ਜਾਉਗੇ ਜੇ ਇਹਨੂੰ ਕੁਝ ਹੋ ਗਿਆ ਤਾਂ ਇਸ ਕਰਕੇ ਸਰਵੱਲਾ ਬਣਾਇਆ ਜਾਂਦਾ ਸੀ ਤੇ ਸਰਵਾਲਾ ਜਿਹੜਾ ਸੀਗਾ ਮੁੰਡੇ ਦੇ ਕਿਸੇ ਵੀ ਰਿਸ਼ਤੇ ਦੇ ਦੇ ਵਿੱਚੋਂ ਚਾਚੇ ਤਾਇਿਆਂ ਦੇ ਵਿੱਚੋਂ ਮਾਮੇ ਭੂਆ ਦੇ ਵਿੱਚੋਂ ਜਾਂ ਕਿਤੋਂ ਵੀ ਹੋਗਾ ਉਹਦਾ ਭਰਾ ਜਿਹੜਾ ਲੱਗਦਾ ਹੁੰਦਾ ਸੀਗਾ ਉਹਨੂੰ ਬਣਾਇਆ ਜਾਂਦਾ ਸੀਗਾ ਤੇ ਉਹ ਮੁੰਡੇ ਦੇ ਜਾਂ ਕੁੜੀ ਦੇ ਹਾਨ ਦਾ ਬਣਾਇਆ ਜਾਂਦਾ ਸੀ। ਪਿਤਾਂ ਕੀ ਭਾਈ ਕੁੜੀ ਦੇ ਲੜ ਲਾ ਜਾਂਦੇ। ਜੋ ਕੋਈ ਹੈਜੀ ਘਟਨਾ ਵਾਪਰ ਜਾਂਦੀ ਹੈ। ਇਹ ਸੀ ਸਾਡੇ ਬਜ਼ੁਰਗਾਂ ਦੀ ਦੂਰਦੇਸ਼ੀ ਇਸ ਕਰਕੇ ਸਰਵਾਲਾ ਬਣਾਇਆ ਜਾਂਦਾ ਸੀ। ਅੱਜ ਕੱਲ ਦਾ ਕੀ ਹੈਗਾ ਕੁੜੀ 25 ਸਾਲ ਦੀ ਮੁੰਡਾ 25 ਸਾਲ ਦਾ ਤੇ ਸਰਵਾਲਾ ਜਿਹੜਾ ਹੈਗਾ ਉਹ ਬੜਾਲਿਆ 5 ਸਾਲ ਦਾ। ਫਿਰ ਜਿਹੜੀ ਤਰਵਾਰ ਵਾਲੀ ਹੈਗੀ ਆ ਜਾਂ ਕਿਰਪਾਨ ਵਾਲੀ ਕੱਲ ਹੈਗੀ ਆ ਸਰਵਾਲੇ ਹੱਥ ਕਰਪਾਨ ਫੜਾਤੀ ਪਰ ਉਹਦੇ ਨਾਲ ਜਿਹੜਾ ਚੱਲ ਰਿਹਾ ਰਿਸ਼ਤਾ ਚੱਲ ਰਿਹਾ ਉਹਦੇ ਡੱਬੇ ਚ ਪਿਸਤਲ ਪਾਇਆ ਹੋਇਆ ਸੋ ਇਹ ਚੀਜ਼ ਸੀ ਪਰ ਬੈਥੇ ਚਲੇ ਤੇ ਅਗਲੀ ਗੱਲ ਆ ਗਈ ਮਿਲਨੀ ਦੇ ਉੱਤੇ ਲਿਆ ਹੁਣ ਉਦੋਂ ਜਿਹੜਾ ਲੱਗੀ ਰਿਸ਼ਤਾ ਕਰਕੇ ਆਉਂਦਾ ਸੀਗਾ ਲੱਗੀ ਨੂੰ ਪਤਾ ਨਹੀਂ ਸੀ ਜਿਹੜੇ ਮੁੰਡੇ ਦੇ ਆਪਾਂ ਮੁੰਡਾ ਮੰਨ ਲਓ ਵੀ ਮੁੰਡੇ ਦੇ ਜਿਹੜੇ ਚਾਚੇ ਤਾਏ ਉਹਦੇ ਫੁੱਫੜ ਮਾਮੇ ਭੂਆ ਜਿਹੜੇ ਹੈਗੇ ਨੇ ਮਤਲਬ ਜੀ ਜਜਾ ਜਾਂ ਹੋਰ ਜਿਹੜੇ ਹੈਗੇ ਆ ਉਹ ਕੌਣ ਨੇਗੇ ਕੁੜੀ ਦੇ ਕੌਣ ਨੇਗੇ ਉਹਨੂੰ ਪਤਾ ਹੁੰਦਾ ਸੀਗਾ ਤੇ ਜਦੋਂ ਬਰਾਤ ਆ ਕੇ ਮਤਲਬ ਪਿੰਡ ਦੀ ਝੂ ਤੇ ਢੁਕਦੀ ਸੀਗੀ ਤੇ ਪਿੰਡ ਦੀ ਝੂ ਦੇ ਉੱਤੇ ਆ ਕੇ ਬਰਾਤ ਦਾ ਸਵਾਗਤ ਕੀਤਾ ਦਿੰਦੇ ਸੀ ਪਿੰਡ ਵਾਲਾ ਬੰਦੂ ਰਿਸ਼ਤੇਦਾਰਾਂ ਵੱਲੋਂ ਤਾਂ ਉਦੋਂ ਫਿਰ ਉਹ ਜਿਹੜਾ ਵਿਚੋਲਾ ਲੱਗ ਗਿਆ ਸੀਗਾ ਜਿਹੜਾ ਜਿਵੇਂ ਵਿਚੋਲਾ ਕਹਿੰਦੇ ਸੀ ਤਾਂ ਉਹ ਜਿਹੜਾ ਸੀਗਾ ਉਹ ਇੰਟਰੋਡਕਸ਼ਨ ਕਰਦਾ ਹੁੰਦਾ ਸੀਗਾ ਮੁੰਡੇ ਵਾਲਿਆਂ ਦਾ ਕੁੜੀ ਵਾਲਿਆਂ ਨਾਲ ਜਾਂ ਕੁੜੀ ਵਾਲਿਆਂ ਦਾ ਮੁੰਡੇ ਵਾਲਿਆਂ ਨਾਲ ਇਪੇ ਅ ਮੁੰਡੇ ਦਾ ਮਾਮਾ ਹੈ ਆ ਦਾ ਫੁੱਫੜਾ ਹੈ ਆ ਦਾ ਜੀਜਾ ਹੈ ਆ ਦਾ ਚਾਚਾ ਦਾ ਤਾਇਆ ਜਿਹੜਾ ਕੁਛ ਉਹ ਇੰਟਰੋਡਕਸ ਕਰਕੇ ਉਹਨੂੰ ਮਿਲਣੇ ਦਾ ਰੂਪ ਦਿੱਤਾ ਗਿਆ ਜਿਹੜਾ ਕਿ ਅੱਜ ਮਿਲਣੇ ਦਾ ਕੁਝ ਰੂਪ ਹੋਰ ਬਦਲ ਗਿਆ ਜਿਹੜਾ ਕਿ ਪਹਿਲੇ ਸਾਰਾ ਪਤਾ ਹੁੰਦਾ ਵੀ ਮਾਮਾ ਕੌਣ ਆ ਫੁੱਫੜਾ ਕੌਣ ਆ ਜੀਜਾ ਕੌਣ ਆ ਪਰ ਮਿਲਣੀ ਫਿਰ ਵੀ ਕਰਵਾਈ ਜਾਂਦੀ ਹੈ ਉਦੋਂ ਸਿਰਫ ਉਦੋਂ ਇੰਟਰੋਡਕਸ ਕਰਾਈ ਜਾਂਦੀ ਜਿਹੜਾ ਉਦੋਂ ਉਦੋਂ ਪਹਿਲਾਂ ਪਤਾ ਨਹੀਂ ਹੁੰਦਾ ਸੀਗਾ ਜਦੋਂ ਬਰਾਲ ਧੋਕਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਸੀਗਾ ਨਾ ਮੁੰਡੇ ਵਾਲੇ ਨਾ ਕੁੜੀ ਵਾਲੇ ਵੀ ਦੇ ਸਿਰਦ ਕੌਣ ਨੇ ਉਹ ਸਿਰਫ ਲੱਗ ਗਈ ਉਹਦਾ ਜਾਂਚ-ਪਛਾਣ ਕਰਵਾਉਣਾ ਹੁੰਦਾ ਸੀ ਇਸ ਕਰਕੇ ਮਿਲਣੀ ਕਰਵਾਈ ਜਾਂਦੀ ਸੀ ਜਿਹੜੀ ਤੇਲ ਚੌਂ ਦੀ ਰਸਮ ਹੈ ਤੇਲ ਕੋਲਿਆਂ ਤੇ ਚੋਇਆ ਜਾਂਦਾ ਹੈਗਾ ਅੱਜ ਕੱਲ ਕੋਲਿਆਂ ਚੋਇਆ ਜਾਂਦਾ ਤੇਲ ਕਿਉਂ ਚੋਇਆ ਜਾਂਦਾ ਸੀਗਾ ਉਹਦਾ ਵੀ ਕਾਰਨ ਇਹ ਸੀਗਾ ਕਿ ਉਸ ਸਮੇਂ ਦੇ ਵਿੱਚ ਬੜੇ-ਬੜੇ ਘਰ ਹੁੰਨੇ ਬੜੇ-ਬੜੇ ਦਰਵਾਜ਼ੇ ਹੁੰਨੇ ਬਹੁਤ ਵੱਡੇ-ਵੱਡੇ ਦਰਵਾਜ਼ੇ ਹੁੰਦੇ ਤਾਂ ਦਰਵਾਜ਼ਿਆਂ 'ਚ ਵੱਡੇ-ਵੱਡੇ ਬਾਰ ਹੁੰਨੇ ਲੱਕੜ ਦੇ ਦਰਵਾਜ਼ੇ ਲੱਕੜ ਵੀ ਬੜੀ ਮੋਟੀ ਤੇ ਭਾਰੀ ਹੁੰਦੀ ਉਹ ਦਰਵਾਜੇ ਭਾਰੇ ਹੁੰਦੇ ਤਾਂ ਉਹਦੇ ਵਿੱਚ ਕੀ ਦੋ ਜੀ ਜਿਹੜੀ ਦਰਵਾਜਾ ਜਦੋਂ ਬਣਾਉਂਦੇ ਤਾਂ ਉਹਦੇ ਵਿੱਚ ਫੱਟੀ ਦੇ ਵਿੱਚੋਂ ਇੱਕ ਚੂਲ ਕੱਢ ਲੈਂਦੇ ਸੀਗੇ ਫੱਟੀ ਦੇ ਵਿੱਚੋਂ ਹੀ ਤੇ ਉਹਦੇ ਥੱਲੇ ਜਿਹੜੀ ਸੀ ਜਮੀਨ ਦੇ ਵਿੱਚ ਇੱਕ ਬਹੁਤ ਮੋਟੀ ਸਰੀ ਲੱਕੜ ਪੇਡਾ ਜਿਹੜਾ ਗੱਡਿਆ ਹੁੰਦਾ ਸੀਗਾ ਉਹਦੇ ਵਿੱਚ ਟੋਆ ਪਾਇਆ ਹੁੰਦਾ ਸੀ ਤੇ ਫੱਟੇ ਦੇ ਚੂਲ ਕੱਢੀ ਹੁੰਦੇ ਸੀਗੇ ਉਹ ਚੂਲ ਜਿਹੜੀ ਸੀ ਟੋਏ ਦੇ ਟਿਕਾਈ ਹੁੰਦੀ ਸੀਗੇ ਤੇ ਜਦੋਂ ਉਹਨੂੰ ਦਰਵਾਜੇ ਨੂੰ ਖੋਲਣਾ ਜਦੋਂ ਉਹ ਬੰਦ ਕਰਨਾ ਤਾਂ ਉਹ ਚੂਲ ਦੇ ਵਿੱਚ ਤੇਲ ਪਾਉਂਦੇ ਹੁੰਦੇ ਸੀਗੇ ਉੱਪਰ ਵੀ ਚੂਲ ਲੱਕੜ ਦੀ ਹੁੰਦੀ ਸੀਗੀ ਲੱਕੜ ਦੀ ਲੱਕੜ ਪਾ ਕੇ ਤੇ ਥੱਲੇ ਵੀ ਲੱਕੜ ਦੀ ਚੂਲ ਹੁੰਦੀ ਸੀ ਉਹਦੇ ਵਿੱਚ ਤੇਲ ਹੋ ਜਾਂਦਾ ਉੱਪਰ ਵੀ ਤੇ ਥੱਲੇ ਤੇਲ ਪਾਉਂਦੇ ਹੁੰਦੇ ਸੀ ਤੇਲ ਪਾਉਂਦਾ ਕਰ ਰਹੇ ਹੁੰਦਾ ਸੀਗਾ ਕਿ ਜਦੋਂ ਦਰਵਾਜ਼ਾ ਖੋਲਾਂਗੇ ਕਿ ਤਾ ਜ਼ੋਰ ਨਹੀਂ ਲਵਾਊਗਾ ਇਹ ਕੋਈ ਚੀਚੀ ਦੀ ਆਵਾਜ਼ ਨਹੀਂ ਕਰੂਗਾ ਤੇ ਜਦੋਂ ਇਸ ਤਰ੍ਹਾਂ ਦਾ ਫੰਕਸ਼ਨ ਹੋਣਾ ਵਿਆਹ ਸ਼ਾਦੀਆਂ ਹੋਣਾ ਜਾਂ ਕਿਸੇ ਰਿਸ਼ਤੇਦਾਰਾਂ ਦਾ ਉਦੋਂ ਵਿਸ਼ੇਸ਼ ਤੌਰ ਦੇ ਤੇ ਤੇਲ ਪਾਇਆ ਜਾਂਦਾ ਸੀ ਉਹਦੇ ਵਿੱਚ ਬਿਦਰਵਾਜਾ ਆਵਾਜ਼ ਨਹੀਂ ਕਰੂਗਾ ਤੇ ਸੌਖਾ ਖੁੱਲ ਜਾਊਗਾ ਤੇ ਆਮ ਤੌਰ ਤੇ ਤੇ ਉਹਨੂੰ ਵੈਸੇ ਵੀ ਉਸ ਦਰਵਾਜੇ ਦੇ ਵਿੱਚ 15 ਦਿਨ ਤੋਂ ਮਹੀਨੇ ਤੋਂ ਇੱਕ ਦਿਨ ਉਹਨਾਂ ਰੱਖਿਆ ਹੁੰਦਾ ਸੀ ਉਹਨਾਂ ਨੂੰ ਤੇਲ ਪਾਉਣਾ ਹੀ ਪਾਉਂਦਾ ਸੀ ਉਹ ਇਸ ਕਰਕੇ ਤੇਲ ਪਾਉਂਦੇ ਸੀ ਇਸ ਕਰਕੇ ਤੇਲ ਨਹੀਂ ਸੀ ਪਾਉਂਦੇਗੇ ਇਹਦੇ ਨਾਲ ਕੋਈ ਸ਼ਗਨ ਹੋਊਗਾ ਜਾਂ ਕੋਈ ਚੰਗਾ ਮਾੜਾ ਹੋਊਗਾ ਤੇ ਅੱਜ ਜਿਹੜੇ ਸਾਡੇ ਲੋਕ ਹੈਗੇ ਆ ਅੱਜ ਤਾਂ ਰਿਮਾਉਂਟ ਕਰੋਲ ਰਿਮਾਉਂਟ ਕੰਟਰੋਲ ਦਰਵਾਜ਼ੇ ਆ ਗਏ ਕਬਜ਼ਿਆਂ ਵਾਲੇ ਦਰਵਾਜ਼ੇ ਆ ਗਏ ਤੇ ਅੱਜ ਵੀ ਸਾਡੇ ਲੋਕ ਜਿਹੜੇ ਹੈਗੇ ਆ ਕੌਲਿਆਂ ਦੇ ਉੱਤੇ ਸਰੋਂ ਦਾ ਤੇਲ ਦੋਲੀ ਜਾਂਦੇ ਆ ਉਦੋਂ ਉਹ ਲੋੜ ਸੀਗੀ ਇਹ ਸਾਰੀਆਂ ਚੀਜ਼ਾਂ ਸਾਰੇ ਉਸ ਸਮੇਂ ਦੀਆਂ ਜ਼ਰੂਰਤਾਂ ਹੁੰਦੀਆਂ ਸੀਗੀਆਂ ਉਸ ਸਮੇਂ ਦੀਆਂ ਲੋੜਾਂ ਹੁੰਦੀਆਂ ਸੀਗੀਆਂ ਜਿਹਦੇ ਵਿੱਚੋਂ ਅੱਗੇ ਤੇ ਚਲਦੀ ਚਲਦੀਆਂ ਜਿਵੇਂ ਸਮਾਂ ਬਦਲਦਾ ਗਿਆ ਡਿਵੈਲਪਮੈਂਟ ਹੁੰਦੀ ਗਿਆ ਉਹ ਰਵਾਇਤਾਂ ਦਾ ਪੀੜੀਦਰ ਪੀੜੀ ਸਾਡੇ ਨਾਲ ਚਲਦੀਆਂ ਗਈਆਂ ਪਰ ਉਸ ਨੂੰ ਕਿਸੇ ਨੇ ਉਹਦੇ ਡੂੰਘਾਈ ਤੱਕ ਜਾਣ ਕੇ ਉਹਦਾ ਅਧਿਐਨ ਨਹੀਂ ਕੀਤਾ ਉਸ ਇਤਿਹਾਸ ਨੂੰ ਪੜ੍ਹੇ ਨਹੀਂਗਾ ਜੇ ਉਹਦੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਕਿਉਂ ਕੀਤਾ ਜਾਂਦਾ ਸੀ ਅੱਜ ਉਹ ਚੀਜ਼ਾਂ ਫਿਰ ਵੀ ਕੀਤੀ ਜਾਂਦੀਆਂ ਨੇ ਹਾਲਾਂਕਿ ਬਹੁਤ ਸਰੀਆਂ ਇਹ ਚੀਜ਼ਾਂ ਨੇ ਕਿ ਜਿਹੜੀਆਂ ਦੀ ਅੱਜ ਲੋੜ ਨਹੀਂ ਹੈ ਜਦੋਂ ਸ਼ਗਨ ਪਉਣ ਜਾਂਦੇ ਹੈਗੇ ਉਦੋਂ ਲੋਕਾਂ ਦੀ ਆਰਥਿਕ ਸਥਿਤੀ ਵੀ ਕੋਈ ਬਹੁਲੀ ਮਜ਼ਬੂਤ ਨਹੀਂ ਹੁੰਦੀ ਸੀਗੀ ਅੱਜ ਤਾਂ ਹਰੇਕ ਪਾਸੇ ਜਿਹੜੇ ਆਰਥਿਕ ਸਥਿਤੀ ਵੀ ਜਿੱਦਾਂ ਕਿ ਉਹਦਾ ਮਤਲਬ ਪਰਿਵਾਰ ਦਾ ਹੈਗਾ ਤਾਂ ਉਹ ਵੀ ਠੀਕ ਹੈਗੀ ਆ ਤੇ ਘਰ ਦੇ ਵਿੱਚ ਸਾਰਾ ਕੁਝ ਖਾਣ ਪੀਣ ਨੂੰ ਵੀ ਹੈਗਾ ਪਰ ਅੱਜ ਵੀ ਜਰ ਫਰ ਫਰੂਟ ਦੀਆਂ ਟੋਕਰੀਆਂ ਮਠਾਈਆਂ ਦੇ ਡੱਬੇ ਉਹ ਲੈ ਕੇ ਜਾ ਜਾਂਦੇ ਨੇ ਪਰ ਉਦੋਂ ਇਸ ਕਰਕੇ ਲੈ ਕੇ ਜਾਏ ਜਾਂਦੇ ਸੀਗੇ ਕਿ ਜਦੋਂ ਉੱਥੋਂ ਚੱਲਣਾ ਚਾਹੇ ਬਰਾਦਨੇ ਚੱਲਣਾ ਚਾਹੇ ਉਹਨੇ ਰਿਸੇਰੀ ਜਾਣਾ ਤਾਂ ਘਰੋਂ ਜਿਹੜਾ ਸੀਗਾ ਕਿਉਂਕਿ ਸਫ਼ਰ ਉਹਦਾ ਹੀ ਲੰਮਾ ਸਫ਼ਰ ਉਹਦਾ ਸੀ ਪੈਦਲ ਸਫ਼ਰ ਕਰਨਾ ਜਾਂ ਉਹਨਾਂ ਨੇ ਬਲਦਾਂ ਦੇ ਸਫ਼ਰ ਕਰਨਾ ਗੱਡਿਆਂ ਦੇ ਸਫ਼ਰ ਕਰਨਾ ਇੱਕ ਦਿਨ ਜਾਂ ਦੋ ਦਿਨ ਸਫ਼ਰ ਤੇ ਲੱਗਣਾ ਤਾਂ ਫਿਰ ਘਰੋਂ ਖਾਣ ਪੀਣ ਦਾ ਸਮਾਨ ਜਿਹੜਾ ਹੁੰਦਾ ਸੀਗਾ ਚਾਹੇ ਉਸ ਸਮੇਂ ਦੇ ਫਰੂਟ ਹੁੰਦੇ ਸੀਗੇ ਚਾਹੇ ਉਸ ਸਮੇਂ ਦੀ ਮਠਿਆਈ ਹੁੰਦੀ ਸੀਗੀ ਜੋ ਕੁਛ ਵੀ ਉਸ ਸਮੇਂ ਦੇ ਵਿੱਚ ਬਣਦਾ ਸੀਗਾ ਉਹ ਆਪਦਾ ਪੂਰਾ ਸਮਾਨ ਦੋ ਦਿਨਾਂ ਦਾ ਇੱਕ ਦਿਨ ਦਾ ਜਿੰਨੇ ਦਿਨ ਦਾ ਸਬਪੰਦਾ ਸਮਾਨ ਦਾ ਨਾਲ ਲੈ ਕੇ ਤੁਰਦੇ ਸੀ ਵੀ ਭਾਈ ਰਾਜ ਖਾਵਾਂਗੇ ਭੁੱਖ ਲੱਗੀ ਰਾਜ ਖਾਵਾਂਗੇ ਤੇ ਫਿਰ ਜਦੋਂ ਅੱਗੇ ਜਾ ਕੇ ਕੁੜੀ ਵਾਲਾਂ ਦੇ ਜਾਂ ਗਏ ਆ ਜਾਂ ਮੁੰਡੇ ਵਾਲਾਂ ਦੇ ਗਏ ਆ ਤਾਂ ਜਦੋਂ ਵਾਪਸੀ ਕਰਦੇ ਉਹ ਤਾਂ ਉਹ ਸਮਾਨ ਉਹਨਾਂ ਨੂੰ ਫਿਰ ਉਹ ਦਿੰਦੇ ਸੀ ਬਣਾ ਕੇ ਪਈ ਤੁਸੀਂ ਦੋ ਦਿਨ ਸਫਰ ਕਰਨਾ ਹੈ ਦੋ ਦਿਨ ਰਾਹ ਤੇ ਤੁਸੀਂ ਚੀਜ਼ ਖਾਓਗੇ ਹੁਣ ਅੱਜ ਵਾਂਗੂ ਰੈਸਟੋਰੈਂਟ ਤਾਂ ਹੁੰਦੇ ਨਹੀਂ ਸੀ ਵੀ ਹਰ 2 ਕਿਲੋਮੀਟਰ ਤੇ ਜਾ ਕੇ ਰੈਸਟੋਰੈਂਟ ਹੈਗਾ ਜਾਂ ਕੋਈ ਢਾਬਾ ਹੈਗਾ ਉੱਥੇ ਖਾਣ ਲੰਗੇ ਐਤੋਂ ਤਾਂ ਕੁਝ ਹੁੰਦਾ ਨਹੀਂ ਸੀਗਾ ਉਤਰੇ ਉਦੋਂ ਉਹੀ ਸਮਾਨੋਂ ਖਾਂਦੇ ਦੇ ਸੀਗੇ ਤਾਂ ਉਹ ਫਿਰ ਕੁੜੀ ਵਾਲੇ ਮੁੰਡੇ ਵਾਲਾ ਨੂੰ ਮੁੰਡੇ ਵਾਲੇ ਕੁੜੀ ਵਾਲਾ ਨੂੰ ਜਿਹੜਾ ਸੀ ਉਹ ਦਿੰਦੇ ਸੀ ਜਾਂ ਵਾਪਸ ਜਾਂਦੇ ਹਨ ਵੀ ਭਈਆ ਤੁਸੀਂ ਰਾਹ ਦੇ ਵਿੱਚ ਖਾ ਲਓਗੇ ਆ ਸਮਾਨ ਮਠਿਆਈ ਹੈਗੀ ਐਸਾ ਹੋਰ ਜੋ ਚੀਜ਼ ਹੈਗੀ ਆ ਤੁਸੀਂ ਲੈ ਜਾਓ ਨਾਲ ਉਹ ਤਾਂ ਦਿੰਦੇ ਹੁੰਦੇ ਸੀ ਤਾਂ ਬਹੁਤ ਕੁਝ ਪਰੰਪਰਾਵਾਂ ਸੀ ਸਾਡੇ ਸਮੇਂ ਦੇ ਵਿੱਚ ਵੀ ਮੇਰੀ ਸੁਰਤ ਦੇ ਵਿੱਚ ਉਦੋਂ ਬਰਾਤਾਂ ਦੋ-ਦੋ ਤਿੰਨ-ਤਿੰਨ ਦਿਨ ਰੁਕਦੀਆਂ ਹੁੰਦੀਆਂ ਸੀਗੀਆਂ ਮੇਰੀ ਸੁਰਤ ਦੇ ਵਿੱਚ ਦੋ ਦਿਨ ਦੋ-ਦੋ ਦਿਨ ਬਰਾਤਾਂ ਰੁਕਦੇ ਸੀਗੀਆਂ ਜਦੋਂ ਛੋਟੇ ਹੁੰਦੇ ਸੀਗੇ ਅਸੀਂ ਮੰਝੇ ਇਕੱਠੇ ਕਰਦੇ ਹੁੰਦੇ ਪਿੰਡਾਂ ਦੇ ਵਿੱਚੋਂ ਮੰਝੇ ਬਿਸਤਰੇ ਇਕੱਠੇ ਕਰਨੇ ਥਾਈ ਦੇ ਵਿੱਚ ਜਿਹੜੀ ਬਰਾਤਾਂ ਰੁਕਣਾ ਧਰਮਸ਼ਾਲਾ 'ਚ ਬਰਾਤਾਂ ਰੁਕਣਾ ਇਹ ਤਾਂ ਸਰੀ 50-100 ਪਹਿਲੇ ਦੀ ਗੱਲ ਹੈ ਲੇਕਿਨ ਉਦੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਗਿਆ ਇਹ ਤਾਂ ਬਹੁਤ ਪੁਰਾਣੀਆਂ ਸਾਡੀ ਸੰਸਕ੍ਰਿਤੀ ਹੈ ਸਾਡਾ ਉਸ ਸਮੇਂ ਸਾਡੇ ਬਜ਼ੁਰਗਾਂ ਦੀਆਂ ਲੋੜਾਂ ਸੰਦਿਆਂ ਸੀਗੀਆਂ ਤੇ ਇਹਦੇ ਵਿੱਚੋਂ ਸਾਰਾ ਕੁਝ ਚੱਲਦਾ ਸੀਗਾ ਜਿਹੜਾ ਅੱਜ ਸ਼ਾਇਦ ਇੰਨਾ ਚੀਜ਼ਾਂ ਦੀ ਲੋੜ ਨਹੀਂ ਹੈ ਜਿੱਦੋਂ ਅਸੀਂ ਪਰੰਪਰਾਗਤ ਉਹਨਾਂ ਚੀਜ਼ਾਂ ਨੂੰ ਹਲਕੇ-ਪੁਲਕੇ ਰੂਪ ਦੇ ਵਿੱਚ ਬਣਾਉਂਦੇ ਆ ਤਾਂ ਠੀਕ ਹੈ ਪਰ ਜਿਵੇਂ ਅੱਜ ਇਸ ਚੀਜ਼ ਨੂੰ ਬਹੁਤ ਭਾਰੀ ਬਣਾ ਦਿੱਤਾ ਗਿਆ ਸ਼ਗਣਾ ਦੇ ਰੂਪ ਦੇ ਵਿੱਚ ਜਿੱਥੇ ਅੱਜ ਲੈਂਡ ਨੇ ਇੰਨਾ ਵੱਡਾ ਹੋ ਗਿਆ ਕਿ ਛਾਪਾਂ ਛੱਲੇ ਸਿਉਣਾ ਚਾਂਦੀ ਤੇ ਪੈਸਾ ਤੇ ਹੋਰ ਜਿਹੜਾ ਹੈਗਾ ਬਤਲ ਸਮਾਨ ਦਾ ਹੋ ਗਿਆ ਲੈ ਕੇ ਇੱਕ ਬਹੁਤ ਵੱਡਾ ਉਦੋਂ ਇਹ ਸਮਾਨ ਜਾਂ ਛਾਪਾਂ ਛੱਲੇ ਨਹੀਂ ਸੀ ਹੁੰਦੇ ਸਿਰਫ ਇੰਟਰੋਡਕਸ਼ਨ ਹੁੰਦੀ ਸੀਗੀ ਜਾਣ ਪਛਾਣ ਹੁੰਦੀ ਸੀ ਸੋ ਹੋਰ ਬਹੁਤ ਸਾਰੀਆਂ ਅਧiniaਆਂ আর ਵਾਈਟਾਂ ਜਿਹੜੀਆਂ ਹੈਗੀਆਂ ਉਹ ਉਸ ਸਮੇਂ ਦੀ ਲੋੜ ਸੀ ਸਮੇਂ ਦੀ ਜ਼ਰੂਰਤ ਸੀਗੀ ਜ਼ਰੂਰਤ ਦੇ ਅਨੁਸਾਰ ਕੀਤੀਆਂ ਜਾਂਦੇ ਸੀਗੀਆਂ ਤੇ ਉਹਨਾਂ ਨੂੰ ਕਰੇ ਬਣਾਉਣਾ ਦਾ ਸਵਦਾ ਨਹੀਂ ਸੀਗਾ ਪਰ ਅੱਜ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ ਸਾਨੂੰ ਇਸ ਸਮਝਣ ਦੀ ਲੋੜ ਹੈ ਸਿੱਖਣ ਦੀ ਲੋੜ ਹੈ ਸੋ ਦੋਸਤੋ ਕਿੱਦਾਂ ਦੀ ਲੱਗੀ ਜਾਣਕਾਰੀ ਚੰਗੀ ਲੱਗੀ ਜੇ ਜੋ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੇਣਾ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀਆਂ ਹੋਰ ਰਵੈਇਤਾਂ ਨੇ ਸਾਡੀਆਂ ਉਹਦੇ ਨਾਲ ਲੈ ਕੇ ਕੱਲ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਨਮਸਕਾਰ